ਟੋੜਾ ਬੈਠੇ ਹਾਂ। ਇਹ ਵੀਡੀਓ ਹੈ ਰਿਗਾਰਡਿੰਗ ਜਸਵੀਰ ਕੌਰ, ਹੈ ਨਾ, ਹੈਂਡੀਕੈਪ ਕਪਲ ਹੈ, ਪਿੰਡ ਟੋੜੇ ਦੇ ਵਿੱਚ ਕੌਂਸਟੀਚੁਐਂਸੀ ਪੈਂਦੀ ਹੈ, ਜ਼ਿਲ੍ਹਾ ਪਟਿਆਲਾ, ਹੈ ਨਾ। ਅਤੇ ਭੈਣ ਜੀ ਨੇ ਜਸਵੀਰ ਕੌਰ, ਇਹਨਾਂ ਨੇ ਹਰ ਜਗ੍ਹਾ ਐਪਲੀਕੇਸ਼ਨ ਲਾਈ ਆ, ਦੇਖੋ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਟਿਆਲਾ, ਆ ਡੀ ਸੀ ਪਟਿਆਲਾ। ਉਸ ਤੋਂ ਬਾਅਦ ਇਹ ਕੇਸ, ਜਦ ਤੁਸੀਂ ਪਹਿਲਾਂ ਇਹ ਵੀਡੀਓ ਸ਼ੇਅਰ ਕੀਤੀ ਸੀ, ਪਿਛਲੇ ਸਾਲ ਦੀ ਗੱਲ ਹੈ, ਲਗਭਗ 1.5 ਸਾਲ ਹੋ ਗਿਆ ਭੈਣ ਜੀ ਉਸ ਵੀਡੀਓ ਨੂੰ। ਹਾਂਜੀ ਵੀਰ ਜੀ। ਆ OSD 2 ਕੈਪਟਨ ਅਮਰਿੰਦਰ ਸਿੰਘ ਰਾਜੇਸ਼ ਕੁਮਾਰ, ਠੀਕ ਹੈ, ਉਸਨੇ ਆਰਡਰ ਕੀਤੇ ਸੀ ਇਹ ਥੱਲੇ DC ਨੂੰ, ਫਿਰ ਵੀ ਇਹਨਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਮਿਲੀ। 1 ਲੱਖ ਰੁਪਏ ਦੀ ਇਹਨਾਂ ਨੂੰ ਉਸ ਟਾਈਮ FD ਕਰਾਈ ਸੀ, 4 ਸਾਲ ਪਹਿਲਾਂ 70,000 ਤੇ ਤੁਸੀਂ ਆਪਣਾ ਇਲਾਜ ਕਰਾਇਆ, ਹੈ ਨਾ। ਦੇਖੋ 1,70,000 ਪਿੱਛੇ ਇਹਨਾਂ ਨੇ ਘਰ ਵੇਚਿਆ ਪਿੱਛੇ, ਔਰ ਬਿਮਾਰੀ ਕਾਰਨ ਘਰ ਵੇਚਿਆ। ਉਹ ਜਿਹੜਾ ਕਪਲ ਹੈ ਹੈਂਡੀਕੈਪ, ਉਹ ਪਹਿਲਾਂ ਇੱਥੇ ਰਹਿੰਦੇ ਸੀਗੇ, ਹੈ ਨਾ, 4 ਸਾਲ ਇੱਥੇ ਰਹੇ ਹੈ ਮੱਝਾਂ ਵਾਲੇ ਖੁੱਡੇ 'ਚ, ਨਾ ਕਿਸੇ ਨੇ ਜਗ੍ਹਾ ਦਿੱਤੀ ਹੋਈ ਸੀ, 4 ਸਾਲ ਇੱਥੇ ਰਹੇ ਨੇ। ਇਹ ਹੁਣ ਧਾਤਾ ਹੈ, 2 ਮਹੀਨੇ ਤੋਂ ਉੱਥੇ ਬੈਠੇ ਨੇ ਉਹ, ਉਹਨਾਂ ਨੂੰ ਘਰ ਦੀ ਬਹੁਤ ਸਖ਼ਤ ਲੋੜ ਹੈ। ਆਏ ਫਿਰ ਗੁਰੂ ਅੰਗਦ ਤੇ ਗੁਰੂ ਅਮਰਦਾਸ ਰਾਮਦਾਸ ਦਸਮ ਪਿਤਾ ਦੀ ਬਖਸ਼ੀ ਸਾਂਝ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ, ਤੁਸੀਂ ਹੁਣੇ ਇਸ ਪਰਿਵਾਰ ਦੇ ਹਾਲਾਤ ਦੇਖ ਕੇ ਹਟੇ ਹੋ ਪ੍ਰੀਵੀਅਸਲੀ, ਕਿ ਕਿਹਨਾਂ ਹਾਲਾਤਾਂ 'ਚੋਂ ਤੁਹਾਡੀ ਸੇਵਾ ਨਾਲ ਉਹਨਾਂ ਹਾਲਾਤਾਂ 'ਚੋਂ ਕੱਢੇ ਇਹਨਾਂ ਦੀ ਜ਼ਿੰਦਗੀ ਅਪਲਿਫਟ ਹੋਈ ਹੈ। ਇਹ ਜੋ ਪਿੰਡ ਹੈ, ਟੋੜਾ ਪਿੰਡ ਹੈ, ਜ਼ਿਲ੍ਹਾ ਪਟਿਆਲੇ ਦੇ ਵਿੱਚ ਪੈਂਦਾ ਹੈ। ਇਹ ਪੰਥ ਰਤਨ ਗੁਰਚਰਨ ਸਿੰਘ ਟੋੜਾ ਦਾ ਪਿੰਡ ਹੈ, ਔਰ ਇਹ ਇੰਨਾ ਵੱਡਾ ਔਰ ਪ੍ਰੋਸਪੈਰਸ ਪਿੰਡ ਹੈ, 1500 ਘਰ ਹੈ ਇਹਦੇ ਵਿੱਚ, 50 ਕਿੱਲੇ ਸ਼ਾਮ ਲੈਟ ਜਗ੍ਹਾ ਸਿਰਫ ਪਿੰਡ ਦੀ, ਔਰ ਤੁਸੀਂ ਮੰਨੋਗੇ 6, 6.5 ਤੋਂ ਲੈ ਕੇ 7 ਸਾਲ ਤੱਕ ਇਹ ਜੋ ਸਪੈਸ਼ਲੀ ਏਬਲ ਕਪਲ ਸੀਗਾ, ਇਹ ਮੱਝਾਂ ਦੇ ਤਬੇਲੇ 'ਚ ਰਹਿੰਦਾ ਰਿਹਾ, ਬਟ ਕਿਸੇ ਨੇ ਪੂਰੇ ਪਿੰਡ 'ਚੋਂ ਇਹਦੀ ਇਹਨਾਂ ਦੀ ਵਾਟ ਨਹੀਂ ਪੁੱਛੀ। ਤੁਹਾਡੇ ਨਾਲ ਸਾਲ ਪਹਿਲਾਂ ਵੀ ਇੱਕ ਅਪੀਲ ਰਿਕਾਰਡ ਕੀਤੀ ਸੀ, ਜੋ ਕਿ ਬਹੁਤ ਵਾਇਰਲ ਹੋਈ ਹੈ, ਮਹਾਰਾਣੀ ਪਰਨੀਤ ਕੌਰ ਦੇ ਕੰਨਾਂ ਤੱਕ ਉਹ ਗੱਲ ਪਹੁੰਚੀ ਹੈ। ਉੱਥੋਂ ਉਹਨਾਂ ਦੇ OSD ਨੇ ਆਰਡਰ ਕੀਤੇ, ਔਰ OSD ਨੇ ਆਰਡਰ ਕੀਤੇ, ਇੱਥੇ BDO ਆ ਕੇ ਗਿਆ, ਸਰਪੰਚ ਸਾਹਿਬ ਬਿਲਕੁਲ, ਉਹਨਾਂ ਨੇ ਇਹਨਾਂ ਦੀ ਐਪਲੀਕੇਸ਼ਨ ਵੀ ਫਾਰਵਰਡ ਕੀਤੀ ਹੈ, ਬਟ ਇਹਨਾਂ ਨੂੰ ਇੱਕ ਪਲਾਟ ਨਹੀਂ ਅਲਾਟ ਹੋਇਆ। ਆਪਾਂ ਸਰਪੰਚ ਸਾਹਿਬ ਦੀ ਵੀ ਮਜਬੂਰੀ ਸਮਝਦੇ ਹਾਂ, ਪਿੰਡਾਂ ਦੇ ਵਿੱਚ ਧੜੇਬਾਜ਼ੀ ਹੁੰਦੀ ਹੈ, ਇੱਕ ਨੂੰ ਦਈਏ ਤਾਂ ਦੂਜਾ ਬੋਲ ਪੈਂਦਾ, ਬਟ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ ਉਹ ਤੁਸੀਂ ਐਜ਼ ਅ ਟੀਮ ਆਫ ਸਰਵ ਹਿਊਮੈਨਿਟੀ ਕਰਕੇ ਦਿਖਾਤਾ। ਅਸੀਂ ਇੱਕ ਆਮ ਇਨਸਾਨ ਨੇ, ਅਸੀਂ ਇਕੱਠੇ ਹੋ ਕੇ ਐਜ਼ ਅ ਟੀਮ ਕਿੰਨਾ ਕੁਝ ਬਦਲ ਸਕਦੇ ਹਾਂ, ਇਹ ਤੁਹਾਡੇ ਸਾਹਮਣੇ ਇਗਜ਼ਾਮਪਲ ਹੈ। ਇਹ ਜੋ ਘਰ ਹੈ, ਇਹ ਤੁਹਾਡੀ ਸਹਿਯੋਗ ਨਾਲ ਬਣਾ ਦਿੱਤਾ ਗਿਆ ਹੈ, ਟਰੈਕਿੰਗ ਬ੍ਰਦਰ ਸੀਗੇ ਸਿਆਟਲ ਤੋਂ, ਉਹਨਾਂ ਨੇ ਸਪੈਸੀਫਿਕਲੀ ਇਸ ਘਰ ਦੀ ਸੇਵਾ ਚੱਕੀ ਸੀਗੀ। ਮੈਂ ਤੁਹਾਨੂੰ ਦਿਖਾ ਦਿੰਦਾ ਤੁਹਾਡੇ ਸਹਿਯੋਗ ਨਾਲ ਕਿਆ ਕਿਆ ਬਣ। ਦੋਸਤੋ ਤੁਸੀਂ ਦੇਖ ਸਕਦੇ ਹੋ, ਲੈਂਟਰ ਪੈ ਕੇ ਬਾਥਰੂਮ ਬਣ ਚੁੱਕਿਆ ਹੈ, ਦਰਵਾਜ਼ੇ ਰਹਿ ਗਏ ਆ, ਉਹ ਵੀ 1-2 ਦਿਨ ਦੇ ਵਿੱਚ ਲੱਗ ਜਾਣਗੇ। ਤੁਹਾਡੀ ਨਾਲ ਆਈ ਹੋਈ ਅੱਜ, ਸਕੂਲਾਂ ਦੀ ਸੇਵਾ ਚੱਲ ਰਹੀ ਹੈ, ਤੁਹਾਨੂੰ ਪਤਾ, ਉਸ ਤੋਂ ਬਾਅਦ ਇੱਥੇ ਆਏ ਹਾਂ, ਅਤੇ ਭੈਣ ਜੀ ਹੁਣੀ ਬੈਠੇ ਹੈ। ਭੈਣ ਜੀ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਕਿ ਜੋ ਵੀਰ ਭੈਣ ਕੈਮਰੇ ਰਾਹੀਂ ਦੇਖ ਰਹੇ ਨਾ, ਜੇ ਧੰਨਵਾਦ ਕਰਨਾ ਇਹਨਾਂ ਦਾ ਕਰ ਦਿਓ ਨਾ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਇਸ ਟਾਈਮ ਮੈਨੂੰ 7 ਥੱਲੇ ਕਰਤਾ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਹਾਡਾ ਪ੍ਰਮਾਤਮਾ ਬਹੁਤ ਬਹੁਤ ਤਰੱਕੀ ਕਰੇ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਕਮਾਈ ਦੀ ਬਹੁਤ ਬਹੁਤ ਤਰੱਕੀ ਹੋਵੇ। ਦੋਸਤੋ ਇਹ ਐਨੋਰਮਸ ਬਲੇਸਿੰਗਸ ਜੋ ਹੈ, ਇਹਦਾ ਕੋਈ ਬੁੱਲ ਨਹੀਂ ਹੈਗਾ ਨਾ, ਇਹ ਦਿਲੋਂ ਦਿੱਤੀਆਂ ਹੋਈ ਬਲੇਸਿੰਗਸ ਨੇ। ਤੁਹਾਨੂੰ ਘਰ ਦਿਖਾ ਦਿੰਦਾ, ਬਹੁਤ ਵਧੀਆ ਘਰ ਬਣਿਆ, ਬਹੁਤ ਚੌੜਾ ਦਰਵਾਜ਼ਾ ਰੱਖਿਆ ਗਿਆ ਤਾਂ ਕਿ ਇਹਨਾਂ ਦੀ ਟ੍ਰਾਈਸਾਈਕਲਸ ਹੈ ਉਹ ਅੰਦਰ ਤੱਕ ਆ ਸਕਣ। ਪੂਰਾ ਲੈਂਟਰ ਦਾ ਘਰ ਬਣਾਇਆ ਗਿਆ, ਬੜਾ ਵਧੀਆ ਬਣਾਇਆ, ਪਿੱਛੇ ਤੱਕ ਬਣਾਇਆ ਗਿਆ। ਦੋਸਤੋ ਤੁਸੀਂ ਸਮਝ ਸਕਦੇ ਹੋ ਸਾਡੇ ਦਿਲ ਕਿੰਨੇ ਛੋਟੇ ਹੋ ਗਏ ਨਾ, ਸਾਡੇ ਐਜ਼ ਅ ਸੋਸਾਇਟੀ ਅਸੀਂ ਕੁਛ ਨਹੀਂ ਕਰ ਪਾਏ ਨਾ, ਸਾਡੇ ਅਸੀਂ ਸਾਡੀ ਮੋਰਲ ਔਰ ਐਥੀਕਲ ਵੈਲਿਊਜ਼ ਇੰਨੀ ਕੁ ਜ਼ਿਆਦਾ ਛੋਟੀ ਹੋ ਚੁੱਕੀ ਹੈ। ਇਹ 2 ਮਰਲੇ ਜਗ੍ਹਾ ਹੈ, ਯਾਨੀ ਕਿ 50 ਗਜ਼ ਜਗ੍ਹਾ ਹੈ ਨਾ, ਔਰ ਤੁਸੀਂ ਜਾਣਦੇ ਹੀ ਹੋ ਪਿਛਲੇ 7 ਸਾਲ ਤੋਂ ਭੈਣ ਜੀ ਹੁਣੀ ਤਬੇਲੇ ਵਿੱਚ ਰਹਿ ਰਹੀ ਸੀ, ਬਟ ਇਹਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਆ ਕੇ, ਕਿਸੇ ਰਿਲੀਜੀਅਸ ਅਦਾਰੇ ਨੇ, ਕਿਸੇ ਪੋਲੀਟੀਕਲ ਅਦਾਰੇ ਨੇ ਆ ਕੇ ਇਹਨਾਂ ਦੀ ਬਾਂਹ ਨਹੀਂ ਫੜੀ, ਇਹ ਤੁਸੀਂ ਬਾਂਹ ਫੜੀ ਹੈ, ਤੁਹਾਡੇ ਸਹਿਯੋਗ ਨਾਲ ਅੱਜ ਇਹਨਾਂ ਦੇ ਸਰ ਦੇ ਉੱਪਰ ਛੱਤ ਆਈ ਹੈ ਨਾ, ਅਤੇ ਹਮੇਸ਼ਾ ਹੀ ਤਰ੍ਹਾਂ ਅਸੀਂ ਤੁਹਾਡੇ ਤੋਂ ਅਪੀਲ ਕਰਦੇ ਹਾਂ, ਪਲੀਜ਼ ਇਹ ਸੇਵਾਵਾਂ ਹਮੇਸ਼ਾ ਜਾਰੀ ਰੱਖਿਓ, ਔਰ ਸਕੂਲਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਡੇ ਸਹਿਯੋਗ ਨਾਲ, ਔਰ ਉਮੀਦ ਹੈ ਤੁਸੀਂ ਉਸ 'ਤੇ ਵੀ ਵੱਧ ਚੜ੍ਹ ਕੇ ਸਾਥ ਦੇਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।